ਹਾਂਜੀ, ਸਭ ਤੋਂ ਪਹਿਲਾਂ ਤਾਂ ਪੇਂਡੂ ਰੈਕੋਰਡਸ ਯੂਟਿਊਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਪੈਰੀ ਪ੍ਰਗਟ। ਸੋ ਅੱਜ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਕਰਨ ਜਾ ਰਹੇ ਹਾਂ ਇੱਕ ਅਜਿਹੇ ਫਨਕਾਰ ਦੀ ਬਾਇਓਗ੍ਰਾਫੀ ਜਿਨ੍ਹਾਂ ਦੀ ਆਵਾਜ਼ ਦੀ ਸਾਰੀ ਦੁਨੀਆ ਹੀ ਦੀਵਾਨੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੁਰੀਲਾ ਅਤੇ ਸੂਫੀ ਫਨਕਾਰ ਰਣਜੀਤ ਰਾਣਾ। ਹੁਣ ਆਪਾਂ ਗੱਲ ਕਰਦੇ ਹਾਂ ਰਣਜੀਤ ਰਾਣਾ ਜੀ ਦੇ ਜੀਵਨ ਬਾਰੇ। ਰਣਜੀਤ ਰਾਣਾ ਜਨਮ ਫਗਵਾੜਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਕੁਲਥਮ ਵਿਖੇ ਮਾਤਾ ਸਰਦਾਰਾ ਅਤੇ ਪਿਤਾ ਮੰਗਤਲੀ ਦੇ ਘਰ ਹੋਇਆ। ਰਣਜੀਤ ਰਾਣਾ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ 5ਵੀਂ ਤੱਕ ਅਤੇ 6ਵੀਂ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਦਸਾਂਝ ਕਲਾ ਦੇ ਸਕੂਲ 'ਚੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਗ੍ਰੈਜੂਏਸ਼ਨ ਦੀ ਪੜ੍ਹਾਈ ਐਸ ਐਨ ਕਾਲਜ ਬੰਗਾ ਤੋਂ ਕੀਤੀ। ਸੰਗੀਤ ਦੀ ਸਿੱਖਿਆ ਲਈ ਰਣਜੀਤ ਰਾਣਾ ਨੂੰ ਦਸਾਂਝ ਕਲਾ ਦੇ ਪ੍ਰਿੰਸੀਪਲ ਹਰੀ ਦੱਤ ਨੇ ਪ੍ਰੋਫੈਸਰ ਬਲਬੀਰ ਕੋਲ ਨਵਾਂ ਸ਼ਹਿਰ ਵਿਖੇ ਭੇਜਿਆ, ਜਿੱਥੇ ਰਣਜੀਤ ਰਾਣਾ ਨੇ ਉਹਨਾਂ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਬਾਰੇ ਗਿਆਨ ਹਾਸਲ ਕੀਤਾ। ਬਚਪਨ ਤੋਂ ਰਣਜੀਤ ਰਾਣਾ ਨੂੰ ਗਾਇਕੀ ਦਾ ਬਹੁਤ ਸ਼ੌਕ ਸੀ। ਘਰ ਵਿੱਚ ਸੰਗੀਤਕ ਮਾਹੌਲ ਬਣਿਆ ਹੋਵੇ ਤਾਂ ਜ਼ਾਹਿਰ ਹੈ ਕਿ ਕੋਈ ਨਾ ਕੋਈ ਤਾਂ ਵਾਰਸਾਂ ਦੀਆਂ ਪਾਈਆਂ ਭੈਣਾਂ 'ਤੇ ਚੱਲਦਾ ਹੀ ਹੈ। ਨਾਨਕਾ ਪਰਿਵਾਰ ਵਿੱਚ ਸੰਗੀਤ ਦਾ ਮਾਹੌਲ ਸੀ ਅਤੇ ਰਾਣੇ ਨੂੰ ਗੁੜਤੀ ਵੀ ਨਾਨਕਾ ਪਰਿਵਾਰ ਤੋਂ ਹੀ ਮਿਲੀ। ਰਸਮੀ ਤੌਰ 'ਤੇ ਉਸਨੇ ਆਪਣੇ ਮਾਮਾ ਸਰਦਾਰ ਮੁਹੰਮਦ ਨੂੰ ਆਪਣਾ ਗੁਰੂ ਧਾਰਿਆ। ਬਾਲ ਉਮਰੇ ਹੀ ਪਹਿਲਾਂ ਉਸਨੇ ਢੋਲਕ ਵਜਾਉਣੀ ਸਿੱਖੀ ਅਤੇ ਫਿਰ ਹਾਰਮੋਨੀਅਮ ਸਿੱਖਣ ਦੇ ਨਾਲ ਨਾਲ ਗਾਉਣ ਦੀ ਤਾਲੀਮ ਵੀ ਹਾਸਲ ਕੀਤੀ। ਰਣਜੀਤ ਰਾਣਾ ਕਲਾ ਨੂੰ ਕੁਦਰਤੀ ਦੇਣ ਮੰਨਦਾ ਹੈ ਅਤੇ ਉਹ ਆਪਣੀ ਕਲਾ ਨੂੰ ਦਿਲੋਂ ਸਮਰਪਿਤ ਹੈ। ਰਣਜੀਤ ਰਾਣਾ ਨੇ 10 ਕੁ ਸਾਲ ਦੀ ਉਮਰ ਵਿੱਚ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਝਿਲਮਿਲ ਤਾਰੇ ਵਿੱਚ ਆਪਣਾ ਪਹਿਲਾ ਗੀਤ ਗਾਇਆ ਅਤੇ ਫਿਰ ਰਾਣਾ ਦੂਰਦਰਸ਼ਨ ਦੇ ਸਾਰੇ ਪ੍ਰੋਗਰਾਮਾਂ ਦਾ ਹਿੱਸਾ ਬਣ ਗਿਆ। ਰਣਜੀਤ ਰਾਣੇ ਦੀ 1999 ਵਿੱਚ ਪਹਿਲੀ ਐਲਬਮ ਅਸੀਂ ਤੇਰੇ ਨਾਲ ਨੱਚਣਾ ਰਿਲੀਜ਼ ਹੋਈ। ਇਸ ਐਲਬਮ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ। ਇਸ ਤੋਂ ਬਾਅਦ ਆਈ ਐਲਬਮ ਸਾਡਾ ਦਿਲ ਬੇਈਮਾਨ ਨੇ ਰਣਜੀਤ ਰਾਣਾ ਨੂੰ ਹੋਰ ਸਿਖਰਾਂ 'ਤੇ ਪਹੁੰਚਾ ਦਿੱਤਾ। ਫਿਰ ਰਣਜੀਤ ਰਾਣਾ ਦੀ ਵੱਖਰੀ ਪਹਿਚਾਣ ਬਣ ਗਈ। ਉਸ ਪਿੱਛੋਂ ਰਣਜੀਤ ਰਾਣਾ ਦੀਆਂ ਐਲਬਮਾਂ ਅਤੇ ਬਹੁਤ ਸਾਰੇ ਗੀਤ ਹਿੱਟ ਤੋਂ ਹਿੱਟ ਆਉਂਦੇ ਰਹੇ, ਜਿਨ੍ਹਾਂ ਵਿੱਚੋਂ ਕਦੇ ਤੈਨੂੰ ਵੀ ਇਹ ਸਾਡੀ ਯਾਦ ਆਈ, ਪੈਂਦੇ ਰਹਿਣ ਭੁਲੇਖੇ, ਕੋਈ ਦਿਲ ਦੀ ਗੱਲ ਵੀ ਦੱਸੇਗੀ, ਝਾਂਜਰਾਂ ਨਾ ਜੁੜੀਆਂ, ਦਿਲ ਉੱਤੇ ਲੀਕ, ਪਰਛਾਵਾਂ, ਰੁੱਖਾਂ ਨੂੰ ਨਹੀਂ ਲੱਗਦੇ, ਅਫਸੋਸ, ਦੋ ਦਿਲ ਅਤੇ ਜਾਨ ਆਦਿ ਕੁਝ ਯਾਦਗਾਰੀ ਮਸ਼ਹੂਰ ਗੀਤ ਹਨ। ਇਹਨਾਂ ਸਾਰੇ ਗੀਤਾਂ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ ਅਤੇ ਰਣਜੀਤ ਰਾਣਾ ਹਰ ਪੰਜਾਬੀ ਦੀ ਪਹਿਲੀ ਪਸੰਦ ਬਣ ਗਿਆ। ਜ਼ਾਹਿਰ ਹੈ ਕਿ ਜਦੋਂ ਕਦੇ ਵੀ ਉਦਾਸ ਗੀਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ ਰਣਜੀਤ ਰਾਣਾ ਦਾ। ਹੁਣ ਥੋੜ੍ਹੇ ਦਿਨ ਪਹਿਲਾਂ ਰਣਜੀਤ ਰਾਣਾ ਅਤੇ ਪ੍ਰਸਿੱਧ ਗੀਤਕਾਰ ਅਤੇ ਗਾਇਕ ਦੇਵੀ ਮਖਸੂਸਪੁਰੀ ਦੁਆਰਾ ਗਾਏ ਗੀਤ ਤੇਰੀਆਂ ਗੱਲਾਂ ਦੀ ਪੂਰੀ ਦੁਨੀਆ ਵਿੱਚ ਖੂਬ ਚਰਚਾ ਕੀਤੀ ਜਾ ਰਹੀ ਹੈ। ਇਸ ਗੀਤ ਨੂੰ ਦੇਵੀ ਮਖਸੂਸਪੁਰੀ ਨੇ ਕਲਮਬੱਧ ਕੀਤਾ ਹੈ ਅਤੇ ਜੱਸੀ ਬ੍ਰਦਰਸ ਨੇ ਸੰਗੀਤਬੱਧ ਕੀਤਾ ਹੈ ਅਤੇ ਗੀਤ ਦੀ ਵੀਡੀਓ ਆਰੂ ਸਵਾਮੀ ਨੇ ਕੀਤੀ ਹੈ। ਹੁਣ ਤੱਕ ਰਣਜੀਤ ਰਾਣਾ ਨੇ ਰੋਮਾਂਟਿਕ, ਬੀਟ, ਧਾਰਮਿਕ ਅਤੇ ਉਦਾਸ ਗੀਤ ਗਾਏ ਹਨ, ਪਰੰਤੂ ਉਸਨੇ ਕਦੇ ਵੀ ਅਜਿਹਾ ਗੀਤ ਨਹੀਂ ਗਾਇਆ ਜਿਸ ਨਾਲ ਲੋਕਾਂ ਦੇ ਦਿਲ ਨੂੰ ਠੇਸ ਪਹੁੰਚੇ। ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।